नौजवान नू गली च घड़ीसदे होए लै गए बदमाश, तलवारां दे नाल कीता हमला, गोल गप्पे खा रहा सी ए पीड़ित नौजवान। दस दिए कि फरीदकोट दे शहर तो एक मामला सामने आया है जिथे बदमाशां दे वल्लों एक बेकसूर नौजवान की कुटमार की गई है। नौजवान के इल्जाम ने कि वह इन्हां बदमाशां दे विचों किसी नू भी जानदा नहीं सी, उसकी किसी दे नाल कोई भी दुश्मनी नहीं सी, हालांकि वह किसी होर मुंडे बारे पूछ रहे सी पर कुट उस नू गए, यानी कि ये जिहड़े बदमाश सन किसी होर मुंडे नू कुटन आए सी पर कुट इस नौजवान नू गए। घड़ीस घड़ीस के इसनू गली दे विच पहला दूर तक लै गए, फिर तलवारां दे नाल दात दे नाल इस ते हमला किया, इसनू फट्टर कर दिता है। तो हस्पताल दे विच दाखल है एक नौजवान है। तो फरीदकोट तो ये तस्वीरां सामने आ रही ने, सोशल मीडिया से काफ़ी तेज़ी नाल वायरल हो रही है। 15 to 20 हथियारबंद इन्हां बदमाशां दे वल्लों एक नौजवान की बुरी तरीके दे नाल कुटमार की गई है। दरअसल ये नौजवान फरीदकोट दे बाजीगर बस्ती का रहने वाला दसिया जा रहा है। ये अपनी गली के बाहर खड़ के गोल गप्पे खा रहा सी, तो इस दे कोल कुछ नौजवान आउंदे ने, यानी कि जिहड़े बदमाश ने वह आउंदे ने, वह किसी होर बारे पुछगिछ करदे ने, तां इह मुंडा जवाब दे दिंदा है कि उस नूं नहीं पता। जिस तों बाद वह बदमाश इस नूं घड़ीसदे होए गली दे विच लै जांदे ने ते इस दी बुरी तरीके दे नाल कुटमार करदे ने। नेड़े लगे सीसीटीवी तस्वीरां दे विच इह सारी वारदात कैद हो जांदी है। 28 नवंबर की यह शाम की तस्वीरां दसियां जा रहियां ने, जिथे इस शख्स नूं इस नौजवान नूं ये बदमाश घड़ीसदे हुए गली च लै जांदे ने ते इस दी बुरी तरीके दे नाल कुटमार करदे ने। आओ पीड़ित कोलों ही जानदे आ कि आखिर गल होई की सी। जसवीर सिंह है। जसवीर जी की गल होई तुहाडे बेटे नाल, की मामला? बेटा जी काम तो आ रहा सी ते मुंडा ना कितें यारी दोस्ती उह खड़ जांदा सीगा, तो उन्होंने आखिया भी साडे इन्हां दे ग्रुप दा ही, तो चक के लै गई इहनूं पुछ के, कहिंदे भाई यार वास्ती ना तूं, तो इह कहिंदा हाँ जी, इहनूं लै गई चक के विहड़े च, ਵਿਹੜੇ 'ਚ ਕੁੱਟਮਾਰ ਕੀਤੀ ਇਹਦੇ ਨਾਲ, ਕੁੱਟਮਾਰ ਕਰਕੇ ਅਤੇ ਨੰਗਾ ਕਰਕੇ ਉਹਨਾਂ ਨੇ ਪਤਾ ਨਹੀਂ ਕੀ ਛੱਡਤਾ, ਉੱਥੇ ਡਿੱਗ ਪਿਆ, ਕਹਿੰਦੇ ਸੱਟਾਂ ਸੁੱਟਾਂ ਲੱਗੀਆਂ ਸੀ ਇਹਦੇ, ਪਤਾ ਨਹੀਂ ਕਿੰਨੇ ਦਾਖਲ ਕਰਾਇਆ ਜੀ ਇੱਥੇ, ਕਿੰਨੇ ਨਹੀਂ ਕਰਾਇਆ ਨਹੀਂ ਮੈਨੂੰ ਪਤਾ ਜੀ। ਮੰਗ ਇਨਸਾਫ਼ ਚਾਹੀਦਾ ਸੀ ਨਾ ਸਾਨੂੰ। ਕਿੰਨੇ ਕੁ ਮੁੰਡੇ ਦੱਸਿਆ ਵਾਲੇ ਮੁੰਡੇ ਵਿੱਚ ਅਸੀਂ ਵੀ ਦੇਖੀ ਮੁੰਡੇ ਜੀ 20-35 ਜਿਹੜੇ ਰਸਤਾ ਜੀ ਉਹਦਾ। ਸੱਟਾਂ ਕਿੰਨੀਆਂ ਕੁ ਲੱਗੀਆਂ? ਸੱਟਾਂ ਬਹੁਤ ਲੱਗੀਆਂ ਜੀ, ਸਾਰਾ ਫੱਟੜ ਆਈ ਸਰੀਰ ਉਹਦਾ। ਰਾਜੂ ਹੈ ਮੇਰਾ ਨਾਮ। ਰਾਜੂ ਕੀ ਘਟਨਾ ਤੁਹਾਡੇ ਨਾਲ ਵਾਪਰੀ? ਮੈਂ ਸੁਣਿਆ ਰਿਹਾ ਵਿਆਹ 'ਚ ਆਈ ਜਾਂਦਾ ਸੀਗਾ ਜੀ, ਆਪਣੀ ਚੁੰਗੀ ਦੇ ਗੋਲ ਗੱਪੇ ਖਾਣ ਗਈ ਗਈ, ਅਤੇ ਉਹਨਾਂ ਨੇ ਮੈਨੂੰ ਘੇਰ ਕੇ ਪੁੱਛਿਆ ਤੂੰ ਬਾਈ ਘਰ ਵਸਤੀ ਦਾ ਜੀ? ਮੈਂ ਕਿਹਾ ਹਾਂਜੀ। ਉਦੋਂ ਬਾਅਦ ਚੱਕ ਕੇ ਲੈ ਗਈ, ਮੈਨੂੰ ਬਹੁਤ ਕੁੱਟ ਮਾਰ ਕੀਤੀ ਉਹਨਾਂ ਨੇ, ਆਪਦੇ ਵਿਹੜੇ ਵਿੱਚ ਲੈ ਗਈ, ਖੰਡੇ ਕਿਰਪਾਨਾਂ ਬਹੁਤ ਮਾਰੀਆਂ ਜੀ ਇਹਨਾਂ ਨੇ। ਮੁੰਡਾ ਗੱਗੀ ਸੀਗਾ ਜੀ, ਅਵਾਂਸ਼ ਸੀਗਾ ਜੀ, ਇੱਕ ਸੁਖਵੀਰ, ਇੱਕ ਚੀਨੀ ਸੀਗਾ, ਇੱਕ ਕਾਸ਼ ਉਹਨਾਂ ਦਾ ਜੀ, ਬਸ ਆਹੀ ਯਾਦ ਹੈ ਜੀ। ਕੌਣ ਬੰਦੇ ਇਹ ਤੇ ਕੀ ਕਰਦੇ, ਤੇਰੇ ਨਾਲ ਕਿਉਂ ਉਹਨੇ ਲੜਾਈ ਹੋਈ? ਆਪਣਾ ਤਾਂ ਕੋਈ ਲਿੰਕ ਹੀ ਨਹੀਂ ਉਹਨਾਂ ਨਾਲ, ਆਪਾਂ ਜਾਣਦੇ ਬਸਤੀ ਵਾਲਿਆਂ ਨੂੰ, ਹੁਣ ਲੱਗਾ ਕਦੇ ਵੀ ਉਹਨਾਂ ਨਾਲ ਹੁੰਦਾ ਗਾ, ਉਹ ਤਾਂ ਲੈ ਗਈ ਚੱਕ ਕੇ ਮੈਨੂੰ। ਕਿਹੜੀ ਬਸਤੀ ਦੇ ਰਹਿਣ ਵਾਲੇ? ਬਾਈਗਰ ਵਸਤੀ ਦਾ ਰਹਿਣ ਵਾਲਾ ਜੀ। ਤੁਸੀਂ ਬਾਜੀਗਰ? ਹਾਂਜੀ। ਅਤੇ ਕੰਮ ਕੀ ਕਰਦੇ ਤੁਸੀਂ? ਕੰਮ ਉਹ ਘੋੜੀਆਂ ਵਾਲਿਆਂ ਨਾਲ ਵੀ ਚੱਲ ਜਾਂਦਾ, ਦਿਹਾੜੀ 'ਚ ਚੱਲ ਜਾਂਦਾ ਜੀ। ਕੋਈ ਵੀਡੀਓ ਵੀ ਬਣਾਈ ਉਹਨਾਂ ਥੋੜ੍ਹੀ? ਹਾਂ ਵੀਡੀਓ ਬਣਾਈ ਮੇਰੇ ਕੁੜਦੇ ਦੀ, ਪਿਤੇ ਦੀ। ਨੰਗਾ ਵੀ ਕੀਤਾ? ਹਾਂਜੀ। ਕਿੰਨੇ ਕੁ ਬੰਦੇ ਸੀ? 30-35 ਜਣੇ ਸੀਗੇ ਜੀ। ਅੱਛਾ, 5-7 ਹਜ਼ਾਰ। ਕਾਰਨ ਕੀ ਕਹਾ ਤੂੰ, ਤੈਨੂੰ ਕੁੱਟ ਮਾਰ ਕੋਈ ਪਤਾ? ਉਹ ਕਹਿੰਦਾ ਸੀ ਕਿ ਨਾ ਰਹਿੰਦੇ ਜੀ ਉਹਨਾਂ ਦੇ, ਭਾਈ ਬਾਈਆਂ ਚੱਲ ਜਾਈਦਾ, ਉਹ ਕਬੂਤਰਾਂ ਦੇ ਮੁੰਡੇ ਜੀ, ਉਹਨਾਂ ਨੂੰ ਐਂ ਕਹੇ ਨਾ ਰਹਿੰਦੇ ਤੁਸੀਂ, ਤਾਂ ਕੁੱਟ ਮਾਰ ਕੀਤੀ ਹੈ। ਅਤੇ ਕਾਹਦੇ ਨਾਲ ਕੀਤੀ ਕੁੱਟ ਮਾਰ? ਖੰਡੇ ਕਿਰਪਾਨਾਂ ਸਾਰੇ ਸਾਂਦੇ ਜੀ ਇਹਨਾਂ ਕੋਲ ਜੀ। ਕਿੰਨੇ ਵਜੇ ਦੀ ਗੱਲ ਹੈਗੀ? ਇਹ ਹੋ ਗਈ 11-12 ਵਜੇ ਦੀ ਗੱਲ। ਕੋਈ ਕੱਪੜੇ ਵਗੈਰਾ ਤੇਰੇ ਪਾੜੇ ਸੀ? ਹਾਂਜੀ, ਸਾਰਾ ਕੁਝ ਪਾੜ ਤਾ ਇਹਨਾਂ ਨੇ, ਜਮਾਂ ਨੰਗਾ ਕਰਕੇ ਘੱਲੇ ਜੀ। ਹਾਂਜੀ। ਤੇ ਹੁਣ ਮੰਗ ਕੀ ਕਰਦੇ ਤੁਸੀਂ ਪੁਲਿਸ ਦੀ? ਮੰਗ ਕੀ, ਉਹਨਾਂ ਨੇ ਪੂਰਾ ਇਨਸਾਨ ਚਾਹੀਦਾ ਜੀ ਸਾਨੂੰ ਪੂਰਾ ਜੀ। ਪੁਲਿਸ ਨੇ ਕੀਤੀ ਕਾਰਵਾਈ ਹੁਣ ਤੱਕ? ਨਹੀਂ ਜੀ, ਪੁਲਿਸ ਨੇ ਨਹੀਂ ਕੀਤੀ ਕਾਰਵਾਈ ਕੋਈ ਜੀ। ਜਿਸ ਤੋਂ ਬਾਅਦ ਗੱਲ ਕਰੀਏ ਤਾਂ ਹੁਣ ਇੱਕ ਹੋਰ ਜਿਹੜੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਦੂਜੇ ਗਰੁੱਪ ਵੱਲੋਂ ਇੱਕ ਗਰੁੱਪ ਦੀ ਕੁੱਟਮਾਰ ਕੀਤੀ ਗਈ। ਇਹ ਜਿਹੜਾ ਹੈਗਾ, ਕੱਲ੍ਹ ਇੱਕ ਮੁਕੱਦਮਾ ਨੰਬਰ 421 ਥਾਣਾ ਸਿਟੀ ਫਰੀਦਕੋਟ ਦੇ ਵਿੱਚ ਦਰਜ ਕੀਤਾ ਗਿਆ, ਜਿਹਦੇ ਵਿੱਚ ਕਿ 8 ਜਿਹੜੇ ਦੋਸ਼ੀ ਨੇ ਬਾਏ ਨੇਮ, ਅਤੇ ਇਹਦੇ ਵਿੱਚ ਇੱਕ ਵਿਅਕਤੀ ਨੂੰ ਇਹਨਾਂ ਨੇ ਜਿਹੜਾ ਹੈਗਾ ਪਰਸੋਂ ਰਾਤ ਜਿਹੜਾ ਹੈਗਾ ਮਿਲ ਕੇ ਅਤੇ ਘਰ ਉਹਦੇ ਘਰ ਜਾ ਕੇ ਅਤੇ ਉਸਨੂੰ ਜਿਹੜਾ ਬੁਰੇ ਤਰੀਕੇ ਨਾਲ ਉਸਦੀ ਕੁੱਟਮਾਰ ਕੀਤੀ ਸੀ।
उस व्यक्ति के बयान से असी जिहड़ा हैगा मुकदमा ये दर्ज किया सी राजविंदर सिंह उस व्यक्ति का नाम है जिहड़ा कि फरीदकोट जिले का ही रहने वाला हैगा ਤੇ ਇਹਨਾਂ ਵਿੱਚੋਂ ਇੱਕ ਵਿਅਕਤੀ ਗ੍ਰਿਫਤਾਰ ਹੋ ਗਿਆ ਬਾਕੀਆਂ ਨੂੰ ਜਿਹੜਾ ਹੈਗਾ ਫੜਨ ਦੀ ਸਾਡੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਇੱਕ ਗਰੀਬ ਮੁਹੱਲਾ ਨਿਵਾਸੀ ਨੇ ਜਿਹਦੇ 'ਚ ਕਿ ਜਿਹੜੇ ਨੌਜਵਾਨ ਲੜਕੇ ਨੇ ਉਹ ਇੱਕ ਦੂਸਰੇ ਦੇ ਨਾਲ ਆਪਸੀ ਰੰਜਿਸ਼ ਦੇ ਚੱਲਦੇ ਹੋਏ ਇਹਨਾਂ ਨੇ ਪਹਿਲਾਂ ਵੀ ਦਿਵਾਲੀ ਤੋਂ ਇੱਕ ਹਫ਼ਤਾ ਪਹਿਲਾਂ ਇਹੋ ਜਿਹੀ ਜਿਹੜੀ ਹੈਗੀ ਗੁੱਟਬੰਦੀ ਦੇ ਦੌਰਾਨ ਇੱਕ ਦੂਸਰੇ ਨਾਲ ਲੜਾਈ ਝਗੜਾ ਕੀਤਾ ਸੀ ਜਿਹਦੇ ਵਿੱਚ ਕਿ ਇੱਕ ਵਿਅਕਤੀ ਸੁਖਜੀਤ ਨਾਮ ਦਾ ਜਿਹੜਾ ਹੈਗਾ ਉਹ ਇੰਜਰ ਹੋਇਆ ਸੀ ਅਤੇ ਇਸ ਵਾਰੀ ਜਿਹੜਾ ਹੈਗਾ ਉਹ ਸੁਖਜੀਤ ਦੇ ਸਾਥੀਆਂ ਨੇ ਜਿਹੜਾ ਹੈਗਾ ਦੂਸਰੇ ਵਿਅਕਤੀ ਨੂੰ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਮਾਰ ਕੁਟਾਈ ਕਰਕੇ ਅਤੇ ਉਸਨੂੰ ਜਿਹੜਾ ਜਾਨੀ ਨੁਕਸਾਨ ਪਹੁੰਚਾਇਆ ਸਰ ਇਹਨਾਂ ਅਪਰਾਧੀਆਂ ਵੱਲੋਂ ਸੋਸ਼ਲ ਮੀਡੀਆ 'ਤੇ ਸ਼ਰੇਆਮ ਵੀਡੀਓਸ ਅਪਲੋਡ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਕਿਸੇ ਗਰੁੱਪ ਨੂੰ ਉਸ ਨੂੰ ਲੈ ਕੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਇਹ ਤਾਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਚੱਲ ਰਹੀ ਸੀ ਪਰ ਜਿਹੜਾ ਹੈਗਾ ਜਿਹੜੀ ਇਹਨਾਂ ਨੇ ਇੱਕ ਦੂਸਰੇ ਦੇ ਨਾਲ ਹੁਣ ਇਹਨਾਂ ਦਾ ਕਮਿਊਨੀਕੇਸ਼ਨ ਬੰਦ ਹੈ ਇਹਨਾਂ ਦੇ ਮੋਬਾਈਲ ਵੀ ਬੰਦ ਨੇ ਅਤੇ ਘਰੋਂ ਇਹ ਭੱਜੇ ਹੋਏ ਨੇ ਅਤੇ ਪੁਲਿਸ ਇਹਨਾਂ ਦੀ ਤਲਾਸ਼ ਕਰ ਰਹੀ ਹੈ ਅਤੇ ਸਾਡੇ ਵੱਲੋਂ ਜਲਦ ਹੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਤੱਕ ਇਸ ਮਾਮਲੇ ਕੋਈ ਗ੍ਰਿਫਤਾਰ ਨਹੀਂ ਹੋਈ ਇੱਕ ਵਿਅਕਤੀ ਜਿਹੜਾ ਹੈਗਾ ਉਹ ਗ੍ਰਿਫਤਾਰ ਹੋ ਚੁੱਕਿਆ ਲਵਪ੍ਰੀਤ ਲਵੀ ਨਾਮ ਦਾ ਅਤੇ ਇਹਦੇ ਜਿਹੜੇ ਬਾਕੀ ਸਾਥੀ ਨੇ ਵੰਸ਼ ਨਾਮ ਦਾ ਵਿਅਕਤੀ ਹੈ ਜਿਹਦੇ ਕਿ ਇਹ ਬਾਕੀ ਸਾਥੀ ਨੇ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਜਲਦ ਕਰ ਲਿਆ ਗਿਆ